ਇਹ ਵੀਡੀਓ ਰូមਾਨੀਆ ਤੋਂ ਤੁਸੀਂ ਸਾਈਪ੍ਰਸ ਕੱਦਾ ਜਾ ਸਕਦੇ ਆ ਉਹਦੇ ਰਿਕਾਰਡਿੰਗ ਆ ਮੈਨੂੰ ਬਹੁਤ ਸਾਰੇ ਭਰਾਵਾਂ ਨੇ ਕਮੈਂਟ ਕੀਤੇ ਸੀ ਕਿ ਵੀਡੀਓ ਪਾ ਵੀ ਅਸੀਂ ਜਿਹੜੇ ਆ ਰូមਾਨੀਆ ਤੋਂ ਸਾਈਪ੍ਰਸ ਘੁੰਮਣ ਲਈ ਕੱਦਾ ਜਾ ਸਕਦੇ ਆ ਕਿਉਂਕਿ ਬਹੁਤ ਸਾਰੇ ਜਿੱਦਾਂ ਰូមਾਨੀਆ ਦੇ ਵਿੱਚ ਮੇਰੇ ਭਰਾ ਹੈਗੇ ਆ ਜਿਨ੍ਹਾਂ ਦੇ ਰਿਸ਼ਤੇਦਾਰ ਸਾਈਪ੍ਰਸ ਆ ਜਾਂ ਉਧਰੋਂ ਘੁੰਮਣ ਜਾਣਾ ਚਾਹੁੰਦੇ ਆ ਤੇ ਉਹ ਕੱਦਾ ਜਾ ਸਕਦੇ ਆ ਤੇ ਮੈਂ ਉਹਨਾਂ ਨੂੰ ਇਹ ਗੱਲ ਦੱਸਣੀ ਸੀਗੀ ਵੀ ਤੁਹਾਡੇ ਤੋਂ ਜੇ ਤਾਂ ਰੂਮਾਨੀਆ ਦਾ ਵੀਜ਼ਾ ਆ ਜਦਾਂ ਤੇ ਉਹਦੇ ਉੱਤੇ ਜੇ ਇਦਾਂ ਲਿਖਿਆ ਐਂਟਰੀਆਂ ਤੁਹਾਡੀਆਂ ਲਿਖੀਆਂ ਹੋਣੀਆਂ ਆ ਦੋ ਐਂਟਰੀਆਂ ਆ ਜਾਂ ਮਲਟੀ ਐਂਟਰੀ ਆ ਫਿਰ ਤੁਸੀਂ ਵੀਜ਼ੇ ਦੇ ਉੱਤੇ ਜਾ ਸਕਦੇ ਆ ਜਿੰਨਾ ਟਾਈਮ ਤੁਹਾਡਾ ਵੀਜ਼ਾ ਵੈਲਿਡ ਆ ਤੇ ਜਿਨ੍ਹਾਂ ਦੇ ਕੋਲ ਆਈਡੀ ਆ ਉਹ ਆਈਡੀ ਦੇ ਉੱਤੇ ਜਾ ਸਕਦੇ ਆ ਉਸ ਤੋਂ ਇਲਾਵਾ ਤੁਹਾਨੂੰ ਚਾਹੀਦਾ ਹੈਗਾ ਆ ਸਾਈਪਰਸ ਫਲਾਈਟ ਪਾਸ ਜਿਹੜਾ ਕਿ ਤੁਸੀਂ ਜਾਣ ਤੋਂ 48 ਘੰਟੇ ਪਹਿਲਾਂ ਭਰਨਾ ਆ ਸੇਮ ਹੁੰਦਾ ਹੈ ਜਦੋਂ ਤੁਸੀਂ ਇੰਡੀਆ ਜਾਣ ਲੱਗੇ ਆ ਆਪਾਂ ਏਅਰ ਸੁਵਿਧਾ ਦਾ ਫਾਰਮ ਭਰੀਦਾ ਆ ਸੇਮ ਉਸੇ ਤਰ੍ਹਾਂ ਇਹ ਭਰਨਾ ਆ ਵੀ ਤੁਸੀਂ ਕਿੱਥੇ ਜਾਣਾ ਆ ਤੁਹਾਡਾ ਕੀ ਐਡਰੈਸ ਆ ਕਿਹੜੀ ਲੋਕੇਸ਼ਨ ਤੇ ਤੁਸੀਂ ਚੱਲੇ ਆ ਤੇ ਕਦੋਂ ਤੁਸੀਂ ਵਾਪਸ ਆਉਣਾ ਆ ਤੇ ਆਪਣਾ ਕੋਵਿਡਾ ਸਰਟੀਫਿਕੇਟ ਜਿਹੜਾ ਉਹ ਅਪਲੋਡ ਕਰਨਾ ਆ ਉਹਦੇ ਨਾਲ ਤੇ ਉਸ ਤੋਂ ਇਲਾਵਾ ਤੁਹਾਡੀਆਂ ਉਦਾਂ ਜੋ ਪਰਸਨਲ ਡਿਟੇਲ ਆ ਤੁਹਾਡਾ ਨਾਮ ਹੋ ਗਿਆ ਜਾਂ ਤੁਹਾਡੇ ਆਈਡੀ ਹੋ ਗਈ ਆਈਡੀ ਨੰਬਰ ਇਹ ਸਾਰਾ ਕੁਝ ਭਰਨਾ ਉਹਦੇ ਵਿੱਚ ਉਹਦਾ ਲਿੰਕ ਥੱਲੇ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦੂੰਗਾ ਤੇ ਤੁਸੀਂ ਉੱਥੋਂ ਕਲਿੱਕ ਕਰਕੇ ਚੈੱਕ ਕਰ ਸਕਦੇ ਆਂ ਤੇ ਇਸੇ ਤਰ੍ਹਾਂ ਹੀ ਬੁਲਗਾਰੀਆ ਦਾ ਆ ਤੁਸੀਂ ਬੁਲਗਾਰੀਆ ਵੀ ਇਸੇ ਤਰ੍ਹਾਂ ਜਾ ਸਕਦੇ ਆਂ ਆਪਣੀ ਇਸ ਰូមੇਨੀਅਨ ਆਈਡੀ ਦੇ ਨਾਲ ਤੇ ਰូមੇਨੀਅਨ ਵੀਜ਼ੇ ਦੇ ਨਾਲ ਤੇ ਇਸੇ ਤਰ੍ਹਾਂ ਤੁਸੀਂ ਸਰਬੀਆ ਜਾ ਸਕਦੇ ਆਂ ਇਸੇ ਤਰ੍ਹਾਂ ਬਹੁਤ ਸਾਰੀਆਂ ਕੰਟਰੀਆਂ ਜਿਨ੍ਹਾਂ ਦੇ ਉੱਤੇ ਤੁਸੀਂ ਜਾ ਸਕਦੇ ਆਂ ਆਪਣੀ ਰូមਾਨੀਅਨ ਆਈਡੀ ਦੇ ਨਾਲ ਤੇ ਬੁਲਗਾਰੀਆ ਲਈ ਵੀ ਸੇਮ ਆ ਤਾਂ ਤੋਂ ਕੋਵਿਡ ਦਾ ਸਰਟੀਫਿਕੇਟ ਚਾਹੀਦਾ ਆ ਤੇ ਤੁਸੀਂ ਤਤਵ ਰਿਟਰਨ ਟਿਕਟ ਚਾਹੀਦੀ ਹੈ ਤੁਸੀਂ ਇਹ ਬੁਲਕਾਰੀਆ ਜਾ ਸਕਦੇ ਆ ਤੇ ਇਸੇ ਤਰ੍ਹਾਂ ਤੁਸੀਂ ਸਰਬੀਆ ਜਾ ਸਕਦੇ ਆ ਜੇ ਮੇਰੇ ਕਿਸੇ ਪੁਰਾਣੇ ਹੋਰ ਕੋਈ ਗੱਲ ਪੁੱਛਣੀ ਹੋਵੇ ਮੈਨੂੰ ਪੁੱਛ ਸਕਦੇ ਆ ਤੇ ਰូមਾਨੀਆ ਦੇ ਵਿੱਚ ਜੇ ਕਿਸੇ ਨੂੰ ਕੋਈ ਜੋਬ ਚਾਹੀਦੀ ਹੋਵੇ ਤੇ ਉਹ ਪਰਮ ਨੂੰ ਕੰਟੈਕਟ ਕਰ ਸਕਦੇ ਆ ਤੇ ਮੇਰਾ ਜੋ WhatsApp ਨੰਬਰ ਆ ਉਹ ਵੀ ਮੈਂ ਥੱਲੇ ਮੈਂਸ਼ਨ ਕਰ ਦੂੰਗਾ ਤੇ ਗਰੁੱਪ ਦਾ ਲਿੰਕ ਜਿਹੜਾ ਆ ਉਹ ਵੀ ਮੈਂ ਥੱਲੇ ਮੈਂਸ਼ਨ ਕਰ ਦੂੰਗਾ ਤੁਸੀਂ ਗਰੁੱਪə ਜੁਆਇਨ ਕਰ ਸਕਦੇ ਆ ਤੇ ਜੇ ਕਿਸੇ ਨੇ ਵੀ ਕੁਝ ਪੁੱਛਣਾ ਹੋਵੇ ਮੈਨੂੰ ਕਮੈਂਟ ਕਰਕੇ ਪੁੱਛ ਸਕਦਾ ਹੈ